ਇੱਕ ਪਾਸੇ ਇੰਦਰਾ ਗਾਂਧੀ ਦਾ ਪੋਤਾ ਬੈਠਾ ਹੋਇਆ ਗੁਰੂ ਕੁਰਸੀ ਤੇ, ਇੱਕ ਪਾਸੇ ਭਾਈ ਸਾਹਿਬ ਜੀ ਖਾਲਸਾ ਹੋਇਆ, ਏਕ ਤੇ ਲਾਮਾ ਸਾਰੇ ਲਾ ਦਿਆਂਗੇ ਜੀ, ਇੰਨੇ ਨੰਬਰ ਤੇ ਮਾਰਾਂਗੇ ਜੰਮੇ। ਕਿੰਨਾ ਕੁ ਵੱਡਾ ਪਿੰਡ ਆਪਣਾ? ਸਾਡੇ 6000 ਵੋਟ ਹੈਗੀ ਆ, ਇੱਕ ਪਾਸਾ ਕਰੂਗਾ ਪਿੰਡ, ਇੱਕ ਪਾਸਾ। ਹਾਂ ਸਰਬਜੀਤ ਨੂੰ ਜਾਵਾਂਗੇ। ਇਹ ਮੇਰੇ ਆਪ ਮਹਾਰੇ ਆ, ਇਹਨਾਂ ਚਾਲ ਪਾ ਲੋਕਾਂ ਆ, ਪ੍ਰਵਾਨੀ ਆ, 40 ਸਾਲ ਤਪੱਸਿਆ ਕਰੀਆਂ ਨੇ, ਫਿਰ ਸਰਬਜੀਤ ਸਿੰਘ ਨੇ ਪਰਿਵਾਰ ਨੇ ਅਰਥ ਦੀ ਵੋਟ ਆ ਸਾਡੀ, ਅਰਥ ਦੀ। ਜੇ ਅਸੀਂ ਹੁਣ ਵੋਟ ਨਹੀਂ ਇਹਨੂੰ ਪਾਵਾਂਗੇ ਤਾਂ ਅਸੀਂ ਗਦਾਰ ਹੋਵਾਂਗੇ ਕੌਮ ਦੇ। ਸਰ ਸਾਡੇ ਕੋਲ ਚੰਡਾ ਹੁੰਦਾ ਚਾਹੇ ਡੰਡਾ, ਨਾ ਸਿੱਖੀ ਦੋ ਗੱਲਾਂ ਹੈਗੀਆਂ ਸਾਡੇ ਕੋਲ, ਕਿਸਾਨ ਯੂਰੀਆ ਵਾਲੇ ਤੇ ਚਾਹੇ ਸਾਡੇ ਕੋਲ ਸਿੱਖੀ ਚਾਹੇ ਬੇਅੰਤ ਦੇ ਸਵਾਦਾਂ ਦਾ ਨਿਸ਼ਾਦ ਕਰ, ਅਸੀਂ ਨਹੀਂ ਆਉਣਾ ਹੀ ਨਹੀਂ ਸੀ ਇੱਥੇ, ਸਾਡੇ ਕੋਲ ਕਿਸਾਨੀ ਝੰਡੇ ਆ, ਅਸੀਂ ਵੋਟਾਂ ਮਗਰ ਆਉਣਾ ਨਹੀਂ ਸੀ, ਬੇਅੰਤ ਦੇ ਸਵੰਧ ਦੇ ਮੂੰਹ ਨੂੰ ਆਈਆਂ। ਮੈਂ ਦੂਜਿਆਂ ਪਾਰਟੀ ਵਾਲੇ ਕਹਿੰਦੇ ਆ ਵੀ ਯਾਰ ਇੱਕ ਪਾ ਦਿਓ, ਸਾਨੂੰ ਦੋ ਪਾ ਦੇ ਵੀਰ ਬਣ ਗਏ, ਅਸੀਂ ਲੀਡ 'ਚ ਜਾ ਲਈਏ, ਨਹੀਂ ਪਰ ਕੋਈ ਨਹੀਂ ਪਾ ਰਿਹਾ। ਤੇ ਉੱਧਰ ਕਰਮਜੀਤ ਅਨਮੋਲ ਹੋਣੀ ਕਹਿੰਦੇ, ਕਹਿੰਦੇ ਸਾਡਾ ਬਹੁਤ ਜ਼ਿਆਦਾ ਲੀਡ ਬਣੀ ਪਈ ਹੈ। ਉਹਨਾਂ ਦੀ ਕੀ ਕੁਰਬਾਨੀ ਹੈ ਜੀ, ਇਹਨਾਂ ਦੀ ਕੁਰਬਾਨੀ ਨਾਲ ਉਹਨਾਂ ਦਾ ਕੋਈ ਮੁਕਾਬਲਾ ਨਹੀਂ, ਆਪਾਂ ਸਾਰੇ ਜਾਣੂ ਹਾਂ ਨਾ। ਉਹ ਤਾਂ ਇੱਕ ਫਿਲਮੀ ਸਟਾਰ ਆਗਾ, ਇਹ ਆਪਾਂ ਨੂੰ ਕੀ ਦੇ ਦੂਗਾ ਜੀ, ਜਿਹੜਾ ਆਪਾਂ ਨੂੰ ਜਿਹੜਾ ਇਹਨਾਂ ਨੇ ਕੌਮ ਖਾਤਰ ਕੀਤਾ ਗਾ ਕੋਈ ਨਹੀਂ ਕਰ ਸਕਦਾ। ਸਾਰੇ ਪਿੰਡ ਦੇ ਸਾਰੇ ਹਰੇਕ ਇਨਸਾਨ ਚਾਹੁੰਦਾ ਹੈ ਵੀ ਇਹ ਆ ਸਿੱਖੀ ਦਾ ਬੂਟਾ ਲਾਉਣ ਵਾਲਾ ਬੰਦਾ ਮੂਹਰੇ ਆਵੇ। ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਮੌਜੂਦ ਆ। ਫਰੀਦਕੋਟ ਦੇ ਵਿੱਚ ਇਸ ਵਾਰ ਦੀ ਹਵਾ ਜਿਹੜੀ ਆ ਉਹ ਕੁਝ ਹੋਰ ਹੀ ਬਿਆਨ ਕਰਦੀ ਆ। ਵੱਡੇ ਵੱਡੇ ਚਿਹਰਿਆਂ ਨੂੰ ਰਵਾਇਤੀ ਪਾਰਟੀਆਂ ਨੇ ਫਰੀਦਕੋਟ ਦੇ ਮੈਦਾਨ ਦੇ ਵਿੱਚ ਉਤਾਰਿਆ, ਪਰ ਫਰੀਦਕੋਟ ਦੇ ਵਿੱਚ ਇਸ ਸਮੇਂ ਚਰਚਾ ਜਿਹੜੀ ਚੱਲ ਰਹੀ ਆ ਉਹ ਚੱਲ ਰਹੀ ਆ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦੀ। ਤੁਸੀਂ ਮੇਰੇ ਪਿੱਛੇ ਦਾ ਮਾਹੌਲ ਦੇਖੋ, ਇਹ ਮਾਹੌਲ ਬਿਆਨ ਕਰਦਾ ਕਿ ਦੁਪਹਿਰ ਦੇ 12-1 ਵਜੇ ਦੇ ਸਮੇਂ ਦੇ ਵਿੱਚ ਕਿਵੇਂ ਪਿੰਡ ਦੇ ਲੋਕ ਜਿਹੜੇ ਨੇ ਉਹ ਇੰਤਜ਼ਾਰ ਕਰ ਰਹੇ ਨੇ ਇੱਕ ਉਸ ਉਮੀਦਵਾਰ ਦਾ ਜਿਹੜਾ ਲੋਕ ਸਭਾ ਦੀ ਇਲੈਕਸ਼ਨ ਲੜ ਰਿਹਾ। ਇੰਨੀ ਦੁਪਹਿਰ ਦੇ ਵਿੱਚ, ਇੰਨੀ ਗਰਮੀ ਦੇ ਵਿੱਚ ਆਪ ਮੁਹਾਰੇ ਬੱਚੇ ਜਿਹੜੇ ਨੇ, ਬੀਬੀਆਂ ਜਿਹੜੀਆਂ ਨੇ, ਸਾਡੇ ਬਜ਼ੁਰਗ ਜਿਹੜੇ ਨੇ ਉਹ ਪਹੁੰਚੇ ਨੇ। ਨਹੀਂ ਅੱਜ ਦੇ ਰਾਜਨੀਤੀ 'ਚ 100 ਤਰ੍ਹਾਂ ਦੇ ਲਾਲਚ, 100 ਤਰ੍ਹਾਂ ਦੇ ਬਹਾਨੇ ਲਾ ਕੇ ਜਿਵੇਂ ਆ ਲੋਕਾਂ ਨੂੰ ਸੱਦਿਆ ਜਾਂਦਾ, ਪਰ ਇਹ ਰੰਗਤ ਜਿਹੜੀ ਆ ਇਹ ਫਰੀਦਕੋਟ ਸਾਹਿਬ ਹਲਕੇ ਦੀ ਆ। ਹਲਕੇ ਦਾ ਪਿੰਡ ਧਪਾਲੀ ਦੇ ਵਿੱਚ ਮੌਜੂਦ ਆ, ਵੱਡਾ ਪਿੰਡ ਹੈ। ਉਸ ਪਿੰਡ ਦੇ ਵਿੱਚ ਇਹ ਦੁਪਹਿਰ ਦਾ ਮਾਹੌਲ ਹੈ ਜਿੱਥੇ ਭਾਈ ਸਰਬਜੀਤ ਸਿੰਘ ਖਾਲਸਾ ਪਹੁੰਚਣ ਵਾਲੇ ਨੇ, ਉਹਨਾਂ ਦੇ ਇੰਤਜ਼ਾਰ ਦੇ ਵਿੱਚ ਪਹਿਲਾਂ ਢਾਡੀ ਜਥਾ ਜਿਹੜਾ ਉਹ ਲੱਗਿਆ ਹੋਇਆ ਹੈ। ਤੇ ਮੇਰੇ ਇਸ ਪਾਸੇ ਤਸਵੀਰ ਜਿਹੜੀ ਆ ਉਹ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਲੱਡੂਆਂ ਦੇ ਨਾਲ ਜਿਹੜਾ ਆ ਉਹ ਤੋਲਿਆ ਜਾਣਾ। ਇਸ ਹਲਕੇ ਦੇ ਵਿੱਚ ਚਰਚਾ ਚੱਲ ਰਹੀ ਆ ਹੁਣ ਵੱਡੇ ਪੱਧਰ ਤੇ, ਕਹਿੰਦੇ ਅਸੀਂ ਸ਼ਹੀਦ ਪਰਿਵਾਰ ਨੂੰ ਜਿਹੜਾ ਉਹਨਾਂ ਦਾ ਸਨਮਾਨ ਵਾਪਸ ਕਰਨਾ, ਸਨਮਾਨ ਦੇਣਾ ਜਿਹੜਾ ਸ਼ਾਇਦ ਅਸੀਂ ਪਹਿਲਾਂ ਕਿਤੇ ਨਾ ਕਿਤੇ ਥੋੜਾ ਜਿਹਾ ਜਿਹੜਾ ਆ ਭੁੱਲ ਕਰ ਗਏ ਆ, ਭਾਈ ਸਰਬਜੀਤ ਸਿੰਘ ਨੂੰ ਜਿਤਾਉਣਾ ਆ, ਉਹਨਾਂ ਨੂੰ ਲੱਡੂਆਂ ਦੇ ਨਾਲ ਤੋਲ ਕੇ ਜਿਹੜਾ ਉਹਨਾਂ ਦਾ ਮਾਨ ਸਨਮਾਨ ਕਰਨਾ ਆ। ਗੱਲਬਾਤ ਕਰਦੇ ਆ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਡੂਆਂ ਦੇ ਨਾਲ ਤੋਲਦਾ ਭਾਈ ਸਰਬਜੀਤ ਸਿੰਘ ਨੂੰ, ਕਿਵੇਂ ਦਾ ਮਾਹੌਲ, ਕਿਵੇਂ ਦਾ ਆ ਤੁਹਾਡੇ ਇੱਥੇ? ਬੜੇ ਵਧੀਆ ਜੀ। ਇਸ ਵਾਰੀ ਸੀਟ ਨਿਕਲ ਜੋ ਫਰੀਦਕੋਟ ਸਾਹਿਬ, ਨਿਕਲ ਲੱਖਾਂ ਵੋਟਾਂ ਜਿਤਾਵਾਂਗੇ। ਹਾਂ ਲੱਖ ਵੋਟਾਂ ਜਿਤਾਵਾਂਗੇ। ਬਹੁਤ ਸਾਰੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਨਾ ਆਮ ਤੌਰ ਤੇ ਉਹਨਾਂ ਨੇ ਦੇਖਿਆ ਗਿਆ ਕਿ ਲੱਡੂਆਂ ਨਾਲ ਤੋਲਣਾ ਜੀ, ਸਿੱਕਿਆਂ ਨਾਲ ਤੋਲਣਾ, ਅੱਜ ਇੱਕ ਆਜ਼ਾਦ ਉਮੀਦਵਾਰ ਨੂੰ ਤੋਲਿਆ ਜਾ ਰਿਹਾ ਪਿੰਡ ਦੇ ਵਿੱਚ। ਹਾਂ ਸਾਡੇ ਅਕਾਲੀ ਦਲ ਤੇ ਕਾਂਗਰਸ ਬੂਥ ਨਹੀਂ ਲਾਉਣਗੇ, ਉਹ ਬੂਥ ਹੀ ਲਾਉਂਦੇ ਇੱਥੇ, ਉਹ ਸਰਬਜੀਤ ਦਾ ਬੂਥ ਲੱਗੂਗਾ। ਕਿੰਨਾ ਕੁ ਵੱਡਾ ਪਿੰਡ ਆਪਣਾ? ਸਾਡੇ 6000 ਵੋਟ ਹੈਗੀ ਆ। ਹਾਂ ਇੱਕ ਪਾਸਾ ਕਰੂਗਾ ਪਿੰਡ, ਇੱਕ ਪਾਸਾ। ਹਾਂ ਸਰਬਜੀਤ ਨੂੰ ਜਾਵਾਂਗੇ। ਇਹ ਭਾਈ ਸਾਹਿਬ ਇਹ ਕਿੰਨੇ ਕੁ ਦਿਨਾਂ 'ਚ ਜਿਹੜਾ ਮਾਹੌਲ ਆ ਇੱਕਦਮ ਹੀ ਬਦਲਿਆ? ਇਹ ਮਾਹੌਲ ਜੀ 50-60 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਤਾਂ ਚੜ ਗਿਆ ਜੀ। ਪਹਿਲਾਂ ਤਾਂ ਕੋਈ ਉਹ ਨਹੀਂ ਸੀਗਾ ਵਿਆਹ ਹੋਊਗਾ, ਪਹਿਲਾਂ ਰਵਾਇਤੀ ਪਾਰਟੀਆਂ ਵਾਲੇ ਫਿਰਦੇ ਸੀਗੇ, ਝਾੜੂ ਵਾਲੇ ਫਿਰਦੇ ਸੀਗੇ,
ਪਰ ਹੋਰ ਸਭ ਬਹਿ ਗਏ ਪਰ ਚੁੱਪ ਕਰ ਗਏ ਹੋ ਵੀ ਹੁਣ ਇਹਦਾ ਵੀ ਕੰਮ ਕਰਦੇ ਹੋਰ ਸੀ ਹੋਰ ਗਿਆ ਔਰ ਕਿਸੇ ਨੂੰ ਕੋਈ ਬਾਹਰ ਨੀ ਜਾਂਦੀ ਇਹ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਹੋਰ ਹਾਲੇ ਪਤਾ ਨੀ ਕਿੱਧਰ ਨੂੰ ਜਾਣਾ ਹਾਲੇ ਬਹੁਤ ਵੱਡੀ ਗੱਲ ਹੋ ਜਾਣੀ ਹੈ ਬਹੁਤ ਵੱਡੇ ਰੇਡ ਦੇ ਨਾਲ ਜਿੱਤਣਾ ਮੈਂ ਗੱਲ ਕਰ ਰਿਹਾ ਸੀ ਪਹਿਲਾਂ ਕਿ ਦੁਪਹਿਰ ਦਾ ਵੇਲਾ ਹੈ 45 degrees ਦੇ ਕਰੀਬ ਤਾਪਮਾਨ ਹੈ ਜੇ ਕਿਸੇ ਹੋਰ ਪਾਰਟੀ ਨੇ ਬੰਦੇ ਸੱਦੇ ਹੁੰਦੇ ਤਾਂ ਅਗਲਾ 100 ਆਨੇ ਬਹਾਨੇ ਲਾਉਂਦਾ ਤੇ ਲੋਕ ਆਪ ਮਹਾਰੇ ਪਹੁੰਚ ਗਏ ਇਹ ਵੀਰੇ ਆਪ ਮਹਾਰੇ ਆ ਇਹ ਲਾਚਾਰ ਪਾ ਲੋਕਾ ਆ ਪ੍ਰਵਾਨੀ ਆ 40 ਸਾਲ ਤਪੱਸਿਆ ਕਰੀਆਂ ਨੇ ਫਿਰ ਸਭ ਜੀ ਜਗ ਨੇ ਪਰਿਵਾਰ ਨੇ ਇਹ ਲੋਕ ਆਪ ਆਇਆ ਕੋਈ ਇਕੱਠ ਕਰਿਆ ਨੀ ਕੋਈ ਛੱਡਿਆ ਬਣਾਇਆ ਨੀ ਸਾਰੇ ਪਿੰਡ ਦੇ ਸਾਡੇ 4 ਵੋਟ ਪਊਗੀ 3000 ਦੇ ਕਰੀਬ ਵੋਟ ਪਊਗੀ 5000 ਵੋਟ ਆ ਹਾਂ ਜਿੱਤੂਗਾ ਬਾਈ ਵੱਡੀ ਵਿਕਟ ਤੇ ਜਿੱਤੂਗਾ ਦੂਜੀਆਂ ਪਾਰਟੀਆਂ ਦੀਆਂ ਤਾਂ ਮੀਟਿੰਗਾਂ ਹੋਣ ਲੱਗੀਆਂ ਹੋਣੀਆਂ ਪਿੰਡ 'ਚ ਵੀ ਜਿਹੜੇ ਉਹਨਾਂ ਦੇ ਬੰਦੇ ਚੌਧਰੀ ਨੇ ਉਹ ਗੱਲਾਂ ਕਰਦੇ ਹੋਣਗੇ ਕਿ ਯਾਰ ਵੋਟ ਨਾਲ ਤਿਲਕ ਜੇ ਹਾਂ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਆ ਵੀ ਯਾਰ ਇੱਕ ਪਾ ਦੇ ਸਾਨੂੰ 2 ਪਾ ਦੇ ਵੀਰ ਬਣ ਕੇ ਅਸੀਂ ਲੀਡ 'ਚ ਆ ਜਾਈਏ ਨਹੀਂ ਪਰ ਕੋਈ ਨਹੀਂ ਪਾ ਰਿਹਾ ਇਹ ਜੀ ਹੁਣ ਜਿਹੜੇ ਪਾਰਟੀਆਂ ਵਾਲੇ ਉਹ ਕਹਿ ਰਹੇ ਚੀਜ਼ਾਂ ਹੁਣ ਉਹ ਪਾਰਟੀ ਕਾਂਗਰਸ ਤੇ ਕਰਨੀਆਂ ਕਹਿੰਦੇ ਵੀ ਅਸੀਂ ਵੋਟਿੰਗ ਲਾ ਪਿੰਡ ਨਾਲ ਝਾੜੂ ਵਾਲੇ ਰਹਿ ਗਏ ਉਹ ਵੀ ਹਟ ਜਾਣਗੇ ਬਸ ਉਹ ਵੀ ਦੋਸਤ ਆ ਇੱਕ ਦੇਖਣਗੇ ਬਸ ਉਹ ਵੱਡੀ ਜਿਹੜਾ ਜਿੱਤੇ ਜਾ ਬਾਪੂ ਜੀ ਉਹ ਕਹਿੰਦੇ ਪਿੰਡ 'ਚ ਤਾਂ ਸਾਡੇ ਬੂਥ ਭਾਈ ਸਰਬਜੀਤ ਸਿੰਘ ਦਾ ਹੀ ਲੱਗੂਗਾ ਕਹਿੰਦੇ ਹੁਣ ਕੋਈ ਲਾਉਣਾ ਕਹਿੰਦੇ ਬਾਕੀ ਪਾਰਟੀਆਂ ਦਾ ਹੁਣ ਬਹੁਤ ਜ਼ਿਆਦਾ ਜਿਹੜਾ ਉਹਨਾਂ ਦੇ ਭੱਜ ਨੱਟ ਵੱਧ ਗਈ ਹੋਣੀ ਆ ਕਿ ਪਿੰਡ 'ਚ ਵੋਟ ਹਿੱਲ ਗਈ ਸਾਡੀ ਨੀਂਦ ਉਡਾ ਕੇ ਰੱਖਦੀ ਸੀ ਵਿਰੋਧੀਆਂ ਦੀ ਜਮਾਂ 1 ਲੱਖ ਤੇ ਜਿਤਾ ਕੇ ਭੇਜਾਂਗੇ ਸੰਸਦ ਦੇ ਵਿੱਚ ਹਾਂਜੀ ਸਾਡੀ ਪੱਕਦੀ ਆ ਨਾ ਰਾਜੇ ਅਣਖ ਦੀ ਵੋਟ ਆ ਸਾਡੀ ਅਣਖ ਦੀ ਜੇ ਅਸੀਂ ਹੁਣ ਵੋਟ ਨਹੀਂ ਇਹਨੂੰ ਪਾਵਾਂਗੇ ਤਾਂ ਅਸੀਂ ਕਤਾਰ ਹੋਵਾਂਗੇ ਕੌਮ ਦੇ ਸਰਬਜੀਤ ਸਿੰਘ ਨੂੰ ਜਿਵੇਂ ਭਾਈ ਸਾਹਿਬ ਦੀਆਂ ਪੁਰਾਣੀਆਂ ਵੀਡੀਓਜ਼ ਵੀ ਦੇਖਦੇ ਆ ਨਾ ਉਹ ਕਹਿੰਦੇ ਨੇ ਯਾਰ ਕਹਿੰਦੇ ਵੀ ਸ਼ਹੀਦਾਂ ਦਾ ਪਰਿਵਾਰ ਹੈ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਉਲਾਮਾ ਸੀਗਾ ਆਪਣੀ ਕੌਮ ਨਾਲ ਉਹ ਐਤਕੀ ਉਲਾਮਾ ਤਾਰੋਂਗੇ ਇੱਕ ਉਲਾਮਾ ਸਾਰੇ ਲਾ ਦੇਗੇ ਜੀ ਪਹਿਲੇ ਨੰਬਰ ਤੇ ਮਾਰਾਂਗੇ ਜਮ ਇੱਕ ਪਾਸੇ ਇੰਦਰਾ ਗਾਂਧੀ ਦਾ ਪੋਤਾ ਬੈਠਾ ਹੋਇਆ ਕਰੂ ਕੁਰਸੀ ਤੇ ਇੱਕ ਪਾਸੇ ਭਾਈ ਸਰਬਜੀਤ ਖਾਲਸਾ ਹੋਇਆ ਕਰੂ ਅੱਖਾਂ ਚ ਅੱਖਾਂ ਨਹੀਂ ਪਾ ਸਕਦਾ ਪਰ ਉਹ ਕਿਉਂ ਇਹ ਗਾਹ ਕਰੂ ਵੀ ਉਹ ਅਸੀਂ ਜਿਹਨੇ ਅਸੀਂ ਹਰਿਮੰਦਰ ਸਾਹਿਬ ਦਾ ਬਦਲਾ ਲਿਆ ਸੀ ਦੇਖੋ ਤਸਵੀਰਾਂ ਨਾ ਇਸ ਪਾਸੇ ਤੁਸੀਂ ਦੇਖੋ ਬੱਚੇ ਬੈਠੇ ਆ ਛੋਟੇ ਛੋਟੇ ਹੈ ਨਾ ਬੀਬੀਆਂ ਬੈਠੀਆਂ ਨੇ ਮਾਤਾਵਾਂ ਬੈਠੀਆਂ ਨੇ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਦੁਪਹਿਰਾ ਬਹੁਤ ਆ ਗਰਮੀ ਬਹੁਤ ਜ਼ਿਆਦਾ ਆ ਤੁਸੀਂ ਦੇਖ ਲੋ ਇੰਤਜ਼ਾਰ ਕਰ ਰਹੇ ਹੋ ਆਜ਼ਾਦ ਉਮੀਦਵਾਰ ਦਾ ਕਿੰਨਾ ਕੁ ਚਾਹੇ ਬਹੁਤ 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 ਜਾਨ ਸਿੰਘ ਨੇ ਜਿਹੜਾ ਅੱਛਾ ਬਾਕੀ ਜਿਵੇਂ ਪਾਰਟੀਆਂ ਹੁੰਦੀਆਂ ਨੇ ਅਕਾਲੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਉਹ ਜਦੋਂ ਪਿੰਡ ਚ ਆਉਂਦੇ ਨੇ ਉਦੋਂ ਵੀ ਬੀਬੀਆਂ ਆਉਂਦੀਆਂ ਸੁਣਨ ਉਹਨਾਂ ਨੂੰ ਭਾਈ ਸਾਹਿਬ ਵਾਸਤੇ ਆਏ ਹਾਂ ਜੀ ਅੱਜ ਹੀ ਆਏ ਪਹਿਲੀ ਵਾਰੀ ਆਏ ਜੀ ਪਹਿਲੀ ਵਾਰੀ ਆਏ ਜੀ ਆਪਾਂ ਅੱਜ ਆਏ ਭਾਈ ਪ੍ਰਸ਼ਾਦੇ ਵੀ ਗੁਰਦੁਆਰੇ ਬਹੁਤ ਬਣਾ ਕੇ ਆਇਆ ਤੜਕੇ ਤੜਕੇ ਲਿਆ ਹੋਇਆ ਸਵੇਰਾ ਦੇ ਸੂਹਾ ਲਿਆ ਹਾਂ ਮਾਤਾ ਜੀ ਕਿਵੇਂ ਦਾ ਮਾਹੌਲ ਹੈ ਕਿਵੇਂ ਲੱਗ ਰਿਹਾ ਤਿੰਨੇ ਜਗ ਜਿਉਂਦੇ ਨੇ ਦਾਤਾ ਦੇ ਭਗਤ ਭੈਰੋ ਆਪਣਾ ਬੇਅਤ ਸੂਰਮ ਦਵਾਰ ਅਮਰ ਹੈ ਸਦਾ ਅਮਰ ਹੀ ਰਹੂਗਾ ਸਾਡਾ ਭਾਈਚਾਰਾ ਹੈਗਾ
ਬਹੁਤ ਵਧੀਆ ਮਾਹੌਲ ਆ, ਬਹੁਤ ਵਧੀਆ ਤੜਕੇ ਪੀੜੀਆਂ ਬਹੁਤ ਕੰਮ ਕਰੀ ਜਾਂਦਾ। ਪਿਛਲੀ ਵਾਰੀ ਵੋਟਾਂ ਪਈਆਂ ਸੀਗੀਆਂ ਉਦੋਂ ਇੱਥੋਂ ਵੀ ਝਾੜੂ ਨੂੰ ਵੱਧ ਵੋਟਾਂ ਪਈਆਂ। ਅੱਜ ਵੀ ਮੇਰੀ ਵੋਟ, ਮੇਰੇ ਪਰਿਵਾਰ ਦੀ ਵੋਟ ਸਾਰ ਜੀਤ ਸੂਨੇ ਦੀ ਆ। ਤੁਹਾਨੂੰ ਚੰਗਾ ਲੱਗ ਰਿਹਾ ਵੀ ਦੇਖੋ ਇੱਕ ਸਿੱਖ ਪਰਿਵਾਰ ਚੋਂ, ਸ਼ਹਾਦਤ ਵਾਲੇ ਪਰਿਵਾਰ ਚੋਂ ਜਿਹੜਾ ਆ ਨੌਜਵਾਨ ਖੜਿਆ ਤੇ ਲੋਕ ਇਸ ਤਰੀਕੇ ਉਹਦੇ ਨਾਲ ਤੁਰ ਰਹੇ? ਬਹੁਤ ਹੀ ਚੰਗਾ ਲੱਗਦਾ, ਇਸੇ ਨੂੰ ਪਾਉਣਗੇ ਲੋਕ। ਹਾਂ, ਸਾਰੇ ਮੰਨਦੇ ਨੇ, ਚੰਗਾ ਵਧੀਆ ਲੱਗਦਾ ਹੈ। ਤੁਹਾਡੇ ਵੀ ਪਰਿਵਾਰ ਚੋਂ ਫਿਰ ਸਾਰੇ ਕੋਸ਼ਿਸ਼ਾਂ ਕਰ ਰਹੇ ਹੋਣਗੇ ਕਿ ਭਾਈ ਸਾਹਿਬ ਨੇ ਵੋਟ ਪਾਈ ਸਿੱਖੀ ਨੂੰ, ਸਿੱਖੀ ਨੂੰ, ਸਿੱਖੀ ਨੂੰ ਸਾਰੇ ਸਾਡੇ ਕੋਲ ਚੰਦਾ ਹੁੰਦਾ ਚਾਹੇ ਕੰਡਾ ਨਾ ਸਿੱਖੀ ਦੋ ਗੱਲਾਂ ਗਿਆ ਸਾਡੇ ਕੋਲ ਕਿਸਾਨ ਜੁਰੀਆ ਰਹੇ ਤੇ ਚਾਹੇ ਸਾਡੇ ਕੋਲ ਸਿੱਖੀ ਚਾਹੇ ਬੇਅੰਤ ਦੇ ਚ ਸਵੰਤ ਹੁੰਦਾ ਨੂੰ ਯਾਦ ਕਰ ਕਿਸੇ ਪਾਰਟੀ ਦੇ ਟੀਚਰ ਜੇ ਕਿਆ ਦੂਜੇ ਮਾਰਦੇ ਕਿਹੜੇ ਝਾੜੂ ਵਾਲੇ ਜਾਂ ਦੂਜੇ ਹਰੀ ਜਾਣ ਭਾਈ ਸੌ ਫਿਰਦੇ ਰਹਿਣ ਭਾਵੇਂ ਉਹ ਸਾਡੇ ਛਿੱਤਰ ਦੇ ਯਾਦ ਨਹੀਂ ਜਦੋਂ ਸਾਡਾ ਕੁਛ ਕਰਿਆ ਨੀ ਉਹਨਾਂ ਨੇ ਸਾਡੇ ਕੋਲ ਕਿਸਾਨੀ ਝੰਡੇ ਆ, ਅਸੀਂ ਵੋਟਾਂ ਮਗਰ ਆਉਣਾ ਨੀ ਸੀ, ਬੇਅੰਤ ਦੇ ਜਸਵੰਤ ਦੇ ਮੂੰਹੋਂ ਆਈਆਂ, ਅਸੀਂ ਆਉਣਾ ਵਿੱਚ, ਅਸੀਂ ਧਰਨੇ ਚ ਸ਼ਾਮਲ ਆ, ਦਿੱਲੀ ਚ ਸ਼ਾਮਲ ਆ ਅਸੀਂ, ਅਸੀਂ ਜਾਣ ਕੇ ਰਹੇ ਜੰਗਾਂ ਚ ਧਰਨੇ ਤੇ ਵਾਧੂ, ਅਸੀਂ ਸਾਡੇ ਸੌ ਆਦਮੀ ਸੀ, ਅਸੀਂ ਜਾਣਾ ਨੀ ਵੋਟਾਂ ਵਾਲਿਆਂ ਨਾਲ, ਅਸੀਂ ਬੇਅੰਤ ਦੇ ਜਸਵੰਤ ਤੇ ਜਦੋਂ ਦੇ ਪੱਗ ਦੀ ਰਾਜ ਨੂੰ ਆਈਆਂ ਇੱਥੇ। ਤੁਹਾਡੇ ਇੱਥੇ ਕਿਸਾਨ ਜਿਹੜੇ ਆ ਵਿਰੋਧ ਵੀ ਕਰ ਰਹੇ ਨੇ ਬੀਜੇਪੀ ਦੇ ਹੰਸਰਾਜ ਹੰਸ ਦਾ, ਉਹ ਇੱਕ ਦਿਨ ਉਹਨਾਂ ਨੇ ਵੀ ਬਿਆਨ ਦਿੱਤਾ ਕਹਿੰਦੇ ਵੀ 2 ਤਰੀਕ ਤੋਂ ਬਾਅਦ ਦੇਖਾਂਗੇ ਕਿਸਾਨਾਂ ਨੂੰ ਲੈ ਕੇ। ਕਿਵੇਂ ਦਾ ਮਾਹੌਲ ਹੈ ਭਾਈ ਸਾਹਿਬ ਦੇ ਹੱਕ ਚ? ਬਹੁਤ ਚੜ੍ਹਦੀ ਕਲਾ ਚ ਕੋਈ ਮੁਕਾਬਲਾ ਨੀ, ਆਪਾਂ ਸਾਰੇ ਜਾਣੂ ਆ ਨਾ, ਉਹ ਤਾਂ ਇੱਕ ਫਿਲਮੀ ਸਟਾਰ ਆਗਾ, ਇਹ ਆਪਾਂ ਨੂੰ ਕੀ ਦੇ ਦੂਗਾ ਜੀ? ਜਿਹੜਾ ਆਪਾਂ ਨੂੰ ਜਿਹੜਾ ਇਹਨਾਂ ਨੇ ਕੰਮ ਕੀਤਾ ਹੈਗਾ ਕੋਈ ਨੀ ਕਰ ਸਕਦਾ, ਇੱਕ ਆਪਾਂ ਵੋਟ ਵੀ ਨੀ ਪਾ ਸਕਦੇ ਇਹਨਾਂ ਨੂੰ, ਆਪਾਂ ਬਸ ਚੜ ਕੇ ਮਦਦ ਕਰ ਰਹੇ ਜੀ ਭਾਈ ਸਾਹਿਬ ਜਿੱਤਣਗੇ ਬਹੁਤ ਵੱਡੀ ਲੀਡ ਤੇ, ਬਹੁਤ ਜਲਦੀ ਮਾਹੌਲ ਬਦਲ ਗਿਆ ਜੀ। ਲਗਾਤਾਰ ਜਿਹੜੀਆਂ ਤਸਵੀਰਾਂ ਦੇ ਨਾ ਚੱਲਦੇ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ, ਜਿਹੜੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਹੋਰ ਇਕੱਠੇ ਹੋ ਰਹੇ ਨੇ, ਕਿਉਂਕਿ ਹਾਲੇ ਭਾਈ ਸਰਬਜੀਤ ਸਿੰਘ ਨੇ ਇਸ ਪਿੰਡ ਦੇ ਵਿੱਚ ਪਹੁੰਚਣਾ, ਉਸ ਤੋਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਆ ਉਹ ਹੋ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਕਿਰਪਾ ਤੇ ਠੀਕ ਹੋਵੋਗੇ? ਅਸੀਂ ਇੱਧਰ ਸਰਬਜੀਤ ਸਿੰਘ ਖਾਲਸਾ ਨੂੰ ਬਹੁਤ ਸਪੋਰਟ ਦੇਵਾਂਗੇ ਤੇ ਇੱਕ ਵੋਟ ਵੀ ਦੇਵਾਂਗੇ। ਉਹ ਲੱਗਦਾ ਵੀ ਐਤਕੀ ਜਿਵੇਂ ਹੈ ਨਾ ਸ਼ਹੀਦ ਪਰਿਵਾਰ ਚੋਂ ਖੜੇ ਨੇ ਤੁਹਾਡੇ, ਹੁਣ ਇੱਥੇ ਜਿਵੇਂ ਚਰਚਾ ਜਿਹੜੀ ਪਿਛਲੇ ਦਿਨਾਂ 'ਚ ਬਹੁਤ ਵੱਡੇ ਪੱਧਰ 'ਤੇ ਫੈਲ ਗਈ ਸਾਰੇ ਹਲਕੇ 'ਚ,
ਬੱਚਿਆਂ ਨੂੰ, ਪਰਿਵਾਰਾਂ 'ਚ ਬੀਬੀਆਂ ਨੂੰ, ਤਕਰੀਬਨ ਸਭ ਨੂੰ ਪਤਾ ਚੱਲ ਗਿਆ ਹੁਣ ਕਿ ਕੌਣ ਤੁਹਾਡੇ ਹਲਕੇ 'ਚ ਖੜਾ। ਜੀ ਹਾਂਜੀ, ਸਰਬਜੀਤ ਸਿੰਘ ਜੀ ਖਾਲਸਾ। ਇਹਦੇ ਡੈਡੀ ਦੀ ਕੁਰਬਾਨੀ ਦਾ ਕਰਕੇ ਇਹਨਾਂ ਦੀ ਜਾਣ ਪਛਾਣ ਸਾਰੇ ਪੂਰੀ ਹੋ ਗਈ। ਇਹ ਹਰ ਇੱਕ ਬੰਦਾ ਚਾਹੁੰਦਾ ਇਹਨੇ ਕੁਰਬਾਨੀ ਰੱਖੀ ਦਿੱਤੀ ਹੈ ਸਿੱਖੀ ਵਾਸਤੇ, ਸਿੱਖੀ ਦੀ ਲਾਜ ਰੱਖੀ ਹੈ, ਇਹਨਾਂ ਤੋਂ ਕਿਹੜਾ ਬੰਦਾ ਭੱਜੂਗਾ ਜੀ। ਹਾਂਜੀ, ਇਹਨਾਂ ਖਾਤਰ ਸਾਰੇ ਬੰਦਿਆਂ ਨੇ ਸਹਿਮਤ ਆ ਵੋਟਾਂ ਵਾਸਤੇ। ਸਾਰਾ ਭਰਪਾ ਸਾਰੇ ਪਿੰਡ ਦੇ ਸਾਰੇ ਹਰੇਕ ਇਨਸਾਨ ਚਾਹੁੰਦਾ ਹੈ ਵੀ ਇਹ ਆ ਸਿੱਖੀ ਦਾ ਬੂਟਾ ਲਾਉਣ ਵਾਲਾ ਬੰਦਾ ਮੂਹਰੇ ਆਵੇ, ਸਿੱਖੀ ਦਾ ਨਾਂ ਧਰੇ। ਅੱਗੇ ਅੱਗੇ ਕਿਹਦਾ ਜ਼ੋਰ ਹੁੰਦਾ ਸੀਗਾ ਜੀ ਪਿਛਲਿਆਂ ਵੋਟਾਂ 'ਚ ਇਸ ਪਿੰਡ ਤੋਂ? ਪਹਿਲਾਂ ਕਿਹੜੀ ਪਾਰਟੀ ਜਿੱਤਦੀ ਰਹੀ ਹੈ ਇੱਥੋਂ ਜ਼ਿਆਦਾ? ਪਹਿਲਾਂ ਤਾਂ ਜ਼ਿਆਦਾ ਆਮ ਵਾਲੇ ਜਿੱਤੇ ਪਏ ਨੇ, ਮੈਂ ਤਾਂ ਪਹਿਲਾਂ ਕਾਂਗਰਸ ਜਿੱਤੀ ਰਹੀ ਹੈ, ਪਹਿਲਾਂ ਮਲੂਕਾ ਸਾਹਿਬ ਜਿੱਤਦੇ ਰਹੇ ਹੈ ਜੀ। ਅਤੇ ਐਤਕੀ ਇਹਨਾਂ ਦਾ ਚਾਂਸ ਪੱਕਾ ਹੈ, ਸਾਡੇ ਪੱਕਾ ਚਾਂਸ ਇਹਨਾਂ ਦਾ ਹੈ। ਹਾਂਜੀ, ਇਹਨੇ ਕੁਰਬਾਨੀ ਕਰਕੇ, ਇਹਨਾਂ ਦੀ ਰਹਿਣੀ ਕਰਕੇ, ਇਹਨਾਂ ਦੇ ਸਲੂਕ ਕਰਕੇ ਸਾਰੇ ਪੱਖੋਂ ਬੁਰੇ ਹੋਣਗੇ, ਇਹਦੇ ਸਾਰਾ ਸਾਡਾ ਪਿੰਡ ਵਿਕਿਆ ਫਿਰਦਾ ਹੈ। ਹਾਂਜੀ, ਤੋ ਮੈਂ ਚਾਹੁੰਦਾ ਇੱਕ ਵਾਰੀ ਤੁਹਾਨੂੰ ਸਰ ਹੈ ਨਾ ਤਸਵੀਰ ਜ਼ਰੂਰ ਦਿਖਾ ਦਈਏ ਚੰਗੀ ਤਰ੍ਹਾਂ ਕਿ ਇੱਕ ਉਮੀਦਵਾਰ ਦੀ ਉਡੀਕ ਹੋ ਰਹੀ ਆ ਪਿੰਡ 'ਚ। ਇਹ ਮਾਹੌਲ ਆਪਣੇ ਆਪ 'ਚ ਬਹੁਤ ਵੱਡਾ ਆ, ਪਿੰਡ ਦੇ ਵਿੱਚ ਇੱਕ ਉਮੀਦਵਾਰ ਦਾ ਆਉਣਾ ਤੇ ਉਹਨੂੰ ਘੰਟਿਆਂ ਤੋਂ ਬੈਠ ਕੇ ਉਡੀਕਣਾ ਤੇ ਤੁਹਾਡੀ ਜੱਥੇ ਜਿਹੜੇ ਨੇ ਉਹਨਾਂ ਦਾ ਲੱਗਣਾ ਤੇ ਹੱਥਾਂ ਦੇ ਵਿੱਚ ਝੰਡੇ ਲੈ ਕੇ ਦੁਪਹਿਰ ਤੇ ਸਿਖਰ ਦੁਪਹਿਰੇ ਜਿਹੜੇ 45 ਡਿਗਰੀ ਦੇ ਗਰੀਬ ਤਾਪਮਾਨ ਉਹਦੇ ਵਿੱਚ ਲੋਕਾਂ ਦਾ ਇੰਤਜ਼ਾਰ ਕਰਨਾ। ਇਸ ਚੀਜ਼ ਦੀ ਗਵਾਹੀ ਜਿਹੜਾ ਆ ਚੱਲ ਰਿਹਾ ਕਿ ਇਸ ਉਮੀਦਵਾਰ ਦਾ ਹਲਕੇ ਦੇ ਵਿੱਚ ਜਿਹੜਾ ਪ੍ਰਭਾਵ ਆ ਉਹ ਵੱਡੇ ਪੱਧਰ ਦੇ ਉੱਤੇ ਫੈਲ ਗਿਆ ਹੈ ਤੇ ਇਸ ਪ੍ਰਭਾਵ ਤੋਂ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਇਸ ਨੂੰ ਲੈ ਕੇ ਸੋਚਾਂ ਦੇ ਵਿੱਚ ਪਈਆਂ ਨੇ। ਇਹ ਜਿਹੜਾ ਆ ਉਹਨਾਂ ਦੇ ਸੋਚਣ ਦਾ ਵਿਸ਼ਾ, ਪਰ ਸਮਾਂ ਕੁਝ ਕੁ ਦਿਨ ਬਾਕੀ ਨੇ ਤੇ ਇਲੈਕਸ਼ਨ ਦਾ ਸਮਾਂ ਤੇ ਸ਼ਹੀਦ ਬੇਅੰਤ ਸਿੰਘ ਤੇ ਸਪੁੱਤਰ ਭਾਈ ਸਰਬਜੀਤ ਸਿੰਘ ਦੇ ਹੱਕ ਦੇ ਵਿੱਚ ਵੱਡੇ ਕੱਟ ਪਿੰਡਾਂ ਦੇ ਵਿੱਚ ਜਿਹੜੇ ਆ ਉਹ ਹੋ ਰਹੇ ਨੇ।